ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਜਿਹੜਾ ਅੱਜ ਆਪਾਂ ਗਣਿਤ ਦਾ ਟੈਸਟ ਲਿਆ ਆ ਉਹ ਟੈਸਟ ਦਾ ਬੇਟਾ ਹੱਲ ਕਰਨ ਜਾ ਰਹੇ ਹਾਂ, ਸੋਲੂਸ਼ਨ ਪ੍ਰਸ਼ਨ ਸਾਂਝੇ ਕਰਨ ਜਾ ਰਹੇ ਹਾਂ, ਧਿਆਨ ਦੇ ਨਾਲ ਦੇਖੋ ਬੇਟਾ ਤੁਸੀਂ। ਤਾਂ ਕਹਿੰਦਾ ਇੱਕ ਸਕੂਲ ਵਿੱਚ 26 ਕਮਰੇ ਹਨ, ਇਹ ਤੇ ਹਰ ਕਮਰੇ ਵਿੱਚ 4 ਬੂਟੇ ਲਗਾਏ ਗਏ ਹਨ, ਠੀਕ ਹੈ, ਕੁੱਲ ਕਮਰੇ ਕਿੰਨੇ ਆ ਬੇਟਾ? 26। ਤੇ ਕਿੰਨੇ ਬੂਟੇ ਲਗਾ ਦਿੱਤੇ ਗਏ? ਕਮਰੇ 26, ਬੂਟੇ ਕਿੰਨੇ? 4 ਗੁਣਾ 4 ਕਰ ਦਈਏ, ਠੀਕ ਹੈ ਬੇਟਾ। ਉਦੋਂ ਬਾਅਦ ਚ ਕਹਿੰਦਾ ਹਰੇਕ ਬੂਟੇ ਨੂੰ 2 ਕੱਪ ਪਾਣੀ ਪਾਉਣਾ ਹੋਵੇ ਤਾਂ ਕੁੱਲ ਕਿੰਨੇ ਕੱਪ? ਤਾਂ ਗੁਣਾ 2 ਕੱਪ ਪਾਣੀ ਪਾਉਣਾ ਹੋਵੇ, ਠੀਕ ਹੈ। 26 ਕਮਰੇ ਸੀ, 4 ਬੂਟੇ, ਹਰ ਕਮਰੇ 26 ਗੁਣਾ 4 ਹੋ ਗਏ ਟੋਟਲ ਬੂਟੇ, ਤੇ ਦੋ ਇੱਕ ਬੂਟੇ ਨੂੰ 2 ਕੱਪ ਆ ਜਿਹੜੇ ਪਾਣੀ ਹੈਗੇ ਆ ਤੇ ਉਹ ਆਪਾਂ ਗੁਣਾ ਕਰ ਦਿੰਦੇ ਆ। 4 ਦੂਣੀ 8, 8 6 48, 8 ਦੂਣੀ 16 ਤੇ 4 20, 208 ਕੱਪ ਪਾਣੀ ਦੇ ਚਾਹੀਦੇ ਆ। ਕਿੰਨੇ ਪਾਣੀ ਦੀ ਜ਼ਰੂਰਤ ਹੈ? 208 ਕੱਪ। ਤਾਂ D1 ਦੇ ਵਿੱਚ ਬੇਟਾ 208 ਆ ਜਿਹੜਾ ਉਹ ਉੱਤਰ ਦਿੰਦਾ ਪਿਆ। ਤਾਂ ਅਸੀਂ ਕੀ ਕਰਾਂਗੇ, D1 ਨੂੰ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 2, ਕਹਿੰਦਾ ਸਟਾਰ ਦੇ ਕਿਸ ਮੁੱਲ ਨਾਲ ਸੰਖਿਆ 56 ਸਟਾਰ 890 13 ਨਾਲ ਭਾਜਯੋਗ ਹੋ ਜਾਵੇਗੀ, ਠੀਕ ਹੈ। ਤਾਂ ਬੇਟਾ 5 6 ਸਟਾਰ 890, ਠੀਕ ਹੈ। ਤਾਂ ਇਹ ਬੇਟਾ ਆਪਾਂ ਹਿੰਟ, ਇੱਕ ਤਾਂ ਹੈਗਾ 13 ਨਾਲ ਭਾਗ ਕਰੀਏ, ਇੱਕ ਹੈਗਾ ਹਿਟ ਐਂਡ ਟ੍ਰਾਇਲ ਮੈਥਡ। ਆਪਾਂ ਬੇਟਾ ਇਹਦੇ ਹਿਟ ਐਂਡ ਟ੍ਰਾਇਲ ਮੈਥਡ ਆਪਾਂ ਦੇਖ ਲੈਂਦੇ ਹਾਂ ਵੀ ਏਕਾ ਭਰ ਕੇ ਗੱਲ ਬਣਦੀ ਹੈ, ਫਿਰ ਆਪਾਂ ਤੀਆ ਭਰ ਕੇ ਦੇਖ ਲਾਂਗੇ, ਫਿਰ ਪਾਂਜਾ ਭਰ ਕੇ। ਪਰ ਆਪਾਂ 3 ਦੀ ਭਾਜ 13 ਦੀ ਭਾਜ ਯੋਗ ਤਾਂ ਤੁਹਾਨੂੰ ਕਰਾਈ ਹੋਈ ਹੈ, ਮੰਨ ਲਓ ਆਪਾਂ ਪਹਿਲਾਂ ਏਕਾ ਭਰਦੇ ਹਾਂ, ਠੀਕ ਹੈ। ਤਾਂ ਅਸੀਂ ਕੀ ਲੈਂਦੇ, 21 ਦਹਾਈ ਤੇ ਸੈਂਕੜੇ ਤੋਂ ਬਣੀ ਸੰਖਿਆ, ਤੇ ਇੱਧਰ 21 ਇੱਧਰਲੇ ਪਾਸੇ 3 ਅੰਕਾਂ ਤੋਂ ਜਿਹੜੀ ਸੰਖਿਆ ਬਣਦੀ ਉਹਦੇ 'ਚ ਉਹਨੂੰ ਘਟਾ ਦਿੰਦੇ ਹਾਂ। ਜੇ ਉਹ 13 ਤੇ ਭਾਜਯੋਗ ਆ ਸੰਖਿਆ, ਤੇ ਉਹ ਸੰਖਿਆ ਜਿਹੜੀ ਸਾਰੀ 13 ਤੇ ਭਾਜਯੋਗ ਹੋਊਗੀ, ਜੇ ਨਹੀਂ ਤਾਂ ਫਿਰ ਨਹੀਂ, ਹੈ ਨਾ। 13 ਦੀ ਭਾਜਯੋਗਤਾ ਕੀਤੀ ਸੀ 7 11 ਤੇ 13 ਦੀ, ਤਾਂ ਇਹਦੇ ਵਿੱਚ ਜਿਹਦੇ ਤੇ ਭਾਜਯੋਗ ਹੁੰਦੀ ਆ ਉਹ ਜਿਹੜੀ ਆ ਪੂਰੀ ਸੰਖਿਆ ਵੀ ਭਾਜਯੋਗ ਹੁੰਦੀ ਹੈ। ਜੇ ਆਪਾਂ ਏਕਾ ਭਰ ਕੇ 890 ਘਟਾਓ 561, ਠੀਕ ਹੈ, ਦਸਾਂ 'ਚੋਂ 1 ਗਏ 9, 8ਾਂ 'ਚੋਂ 6 ਗਏ 2, 8ਾਂ 'ਚੋਂ 5 ਗਏ 3। ਤਾਂ ਬੇਟਾ 13 ਦੂਣਾ 26 ਅਤੇ 6 32 69, 13 ਦੇ ਪਹਾੜੇ 'ਤੇ 69 ਆਉਂਦਾ ਨਹੀਂ, ਇਹ ਤਾਂ ਪੋਸੀਬਿਲਿਟੀ ਨਹੀਂ ਹੈਗੀ, ਏਕਾ ਪੋਸੀਬਲ ਨਹੀਂ ਹੈਗਾ, ਠੀਕ ਹੈ। ਹੁਣ ਆਪਾਂ ਸ਼ੋਰਟਕੱਟ 'ਤੇ ਆਉਂਦੇ ਹਾਂ ਬੇਟਾ। ਤਾਂ ਮੰਨ ਲਓ ਅਸੀਂ ਪਾਂਜਾ ਭਰਦੇ ਹਾਂ ਸਟਾਰ ਦੀ ਜਗ੍ਹਾ 'ਤੇ, ਫਿਰ ਜੇ ਅਸੀਂ ਪਾਂਜਾ ਭਰਾਂਗੇ ਤਾਂ ਅਸੀਂ ਕੀ ਕਰਾਂਗੇ, 890 ਘਟਾਓ 565, ਪਹਿਲੇ 3 ਅੰਕਾਂ ਤੋਂ ਸੰਖਿਆ ਬਣਦੀ ਜਿਹੜੀ ਅਤੇ ਇੱਧਰੋਂ ਬਣਦੀ ਉਹਦੇ 'ਚੋਂ ਘਟਾਉਂਦੇ ਹਾਂ, 890 ਘਟਾਓ 565। ਤਾਂ ਬੇਟਾ ਦਸਾਂ 'ਚੋਂ 5 ਗਏ 5, 8ਾਂ 'ਚੋਂ 6 ਗਏ 2, ਤਾਂ ਉਦੋਂ ਬਾਅਦ ਦੇ ਵਿੱਚ 8ਾਂ 'ਚੋਂ 5 ਗਏ 3, 325। ਦੇਖੋ ਬੇਟਾ 13 'ਤੇ ਵੰਡੇ ਜਾਂਦੇ, 13 ਦੂਣਾ 26 ਅਤੇ 13 5 65, 13 'ਤੇ ਕੱਟੇ ਜਾਂਦੇ 325। ਇਸ ਕਰਕੇ ਬੇਟਾ ਸਾਰੀ ਸੰਖਿਆ ਜਿਹੜੀ ਹੈਗੀ ਹੈ, ਪਾਂਜਾ ਜੇਕਰ ਸਟਾਰ ਦੀ ਜਗ੍ਹਾ ਦੇ ਉੱਤੇ ਆ ਜਾਵੇ ਤਾਂ ਸਾਰੀ ਸੰਖਿਆ 5 'ਤੇ ਭਾਜਯੋਗ ਹੋਊਗੀ। ਤਾਂ ਕਿਹੜਾ ਬੇਟਾ C1 ਇਹਦਾ ਰਾਈਟ ਆਂਸਰ ਹੈਗਾ ਆ, ਅਸੀਂ C1 ਨੂੰ ਐਜ਼ ਏ ਰਾਈਟ ਆਂਸਰ ਕਲਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 3। ਹਾਂ ਬੇਟਾ, ਤਾਂ ਹੁਣ ਆਪਾਂ ਆ ਗਏ ਸਵਾਲ ਨੰਬਰ 3 ਦੇ ਉੱਤੇ। ਕਹਿੰਦਾ ਜੇਕਰ 3 ਸੰਖਿਆਵਾਂ ਦਾ ਗੁਣਨਫਲ 7980 ਹੈ, ਜੇਕਰ ਇਹਨਾਂ ਵਿੱਚੋਂ 2 ਸੰਖਿਆਵਾਂ ਦਾ ਗੁਣਨਫਲ 228 ਹੋਵੇ ਤਾਂ ਤੀਜੀ ਸੰਖਿਆ ਪਤਾ ਕਰੋ। ਤਾਂ ਬੇਟਾ 2 ਸੰਖਿਆਵਾਂ ਮੰਨੋ, ਤੀਜੀ ਸੰਖਿਆ ਮੰਨੋ, ਤੀਜੀ ਸੰਖਿਆ ਬਰਾਬਰ ਏ ਐਕਸ, ਤਾਂ ਐਕਸ ਗੁਣਾ 228
ਤਾਂ ਦੋਵਾਂ ਦਾ ਗੁਣਫਲ ਇਹ ਹੈ, ਤਿੰਨਾਂ ਦਾ ਗੁਣਫਲ ਕਿੰਨਾ 7980। ਠੀਕ ਹੈ, ਤਾਂ ਹੁਣ ਬੇਟਾ ਐਕਸ ਬਰਾਬਰ ਏ 7980 ਬਟਾ ਆ ਜਿਹੜੀ ਗੁਣਾ ਹੁੰਦੀ ਦੂਜੇ ਪਾਸੇ ਜਾ ਕੇ ਭਾਗ 'ਚ ਬਦਲ ਜਾਂਦੀ ਹੈ, ਆਪਾਂ ਪਹਿਲਾਂ ਰੂਲ ਕੀਤੇ ਜਮ੍ਹਾਂ ਦੀ ਰਕਮ ਘਟਾਓ ਦੇ ਵਿੱਚ, ਘਟਾਓ ਦੀ ਰਕਮ ਜਮ੍ਹਾਂ 'ਚ, ਗੁਣਾ ਦੀ ਰਕਮ ਭਾਗ ਦੇ ਵਿੱਚ, ਅਤੇ ਭਾਗ ਦੀ ਰਕਮ ਉੱਧਰ ਜਾ ਕੇ ਗੁਣਾ 'ਚ ਬਦਲ ਜਾਂਦੀ ਹੈ। ਠੀਕ ਹੈ, ਤਾਂ ਬਟਾ 228 ਕਰ ਦਾਂਗੇ ਬੇਟਾ। ਤਾਂ ਇਹ ਤੁਸੀਂ ਦੇਖ ਲਓ ਜਿਹੜੇ ਜਿਹੜੇ ਭਾੜੇ 'ਤੇ ਕੱਟਿਆ ਜਾਂਦਾ, ਠੀਕ ਹੈ, ਛੇਤੀ ਕੱਟਿਆ ਜਾਂਦਾ ਆ, ਤਾਂ ਚਾਰ ਦੇ ਭਾੜੇ 'ਤੇ ਬੇਟਾ ਇਹ ਕੱਟਿਆ ਜਾਣਾ, ਕਿਉਂਕਿ 28 ਕੱਟਿਆ ਜਾਂਦਾ, 80 ਵੀ ਕੱਟਿਆ ਜਾਂਦਾ, ਛੋਟੇ ਵੱਡੇ ਭਾੜੇ 'ਤੇ ਕੱਟ ਕੇ ਦੇਖਿਓ, 4 5 20, 4 7 28, ਅਤੇ ਇਹ ਬਣ ਗਿਆ ਬੇਟਾ 4 1 4 3, 3 9 39, 4 9 36, 3 38, 4 9 36, 2 38, 20 4 5 20। ਠੀਕ ਹੈ, ਤਾਂ ਹੁਣ ਬੇਟਾ ਅੱਗੇ ਆ ਗਿਆ ਆਹ 57 ਅਤੇ 1995, ਇਹ 19 ਦੇ ਭਾੜੇ 'ਤੇ, 19 3 57, 19 1 19, ਆਹ ਬੇਟਾ ਅਲੱਗ ਆ ਰਕਮ। ਠੀਕ ਹੈ, 19 1 19 ਨਹੀਂ ਜਾਂਦਾ 0, 19 5 95। ਠੀਕ ਹੈ, ਤਾਂ ਆਹ 3 ਦੇ ਉੱਤੇ ਕੱਟੇ ਜਾਣੇ, 3 3 9 ਅਤੇ 3 5 15, ਤਾਂ ਉੱਤਰ ਕਿੰਨਾ, ਐਕਸ ਤੀਜੀ ਸੰਖਿਆ ਕਿੰਨੀ ਆ ਗਈ, 35। ਠੀਕ ਹੈ ਬੇਟਾ, ਤਾਂ ਇੱਥੇ ਬੇਟਾ ਆਲਟਰਨੇਟਿਵ ਆਂਸਰ ਦੇਖੋ, D1 ਆਲਟਰਨੇਟਿਵ ਦੇ ਵਿੱਚ ਸਾਨੂੰ 35 ਉੱਤਰ ਦਿੰਦਾ ਪਿਆ, D1 ਆਲਟਰਨੇਟਿਵ ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਬੇਟਾ ਆ ਗਿਆ ਸਵਾਲ ਨੰਬਰ 4, ਸਵਾਲ ਨੰਬਰ 4 ਦੇ ਵਿੱਚ ਕੀ ਕਹਿੰਦਾ ਪਿਆ, ਕਹਿੰਦਾ ਆਹ ਸੰਖਿਆਵਾਂ ਇਹਨਾਂ ਦਾ ਜੋੜ ਫਲ ਪਤਾ ਕਰੋ, ਇਹ ਤਾਂ ਸੌਖਾ ਹੀ ਹੈ ਬੇਟਾ ਸਵਾਲ, 4 0 0 6, 4 0 5 5, 44 0 0 4, 44 0 0 4, ਇਹਦੇ 'ਚ ਇਕਾਈ ਥੱਲੇ ਇਕਾਈ ਰੱਖਣੀ ਹੈ ਬੇਟਾ, 444। ਠੀਕ ਹੈ ਬੇਟਾ, 6 5 11, 4 15, 4 19, 1 ਅਤੇ 4, 5 5 10, 0 1 ਅਤੇ 4 5 5, ਅਤੇ ਆਹ ਤੀਜੀ ਲਾਈਨ ਆਹੀ ਹੈ ਹੈ ਨਾ, 5 ਦੇ 5 ਆ ਗਏ, 4 4 8, 4 12, 1 ਅੰਸਲ 4 ਅਤੇ 1 5, ਤਾਂ 52509 ਉੱਤਰ ਆ ਗਿਆ ਬੇਟਾ। ਅਸੀਂ ਆਲਟਰਨੇਟਿਵ ਆਂਸਰ ਦੇਖਦੇ ਹਾਂ, ਤਾਂ ਬੇਟਾ C1 ਦੇ ਵਿੱਚ 52509 ਆਲਟਰਨੇਟਿਵ ਆਂਸਰ ਉੱਤਰ ਆਉਂਦਾ ਪਿਆ, ਤਾਂ C1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਠੀਕ ਹੈ ਬੇਟਾ, ਅੱਗੇ ਆ ਗਿਆ ਬੇਟਾ ਸਵਾਲ ਨੰਬਰ 5, ਕਹਿੰਦਾ ਕਿਸੇ ਸੰਖਿਆ ਨੂੰ 17 ਨਾਲ ਭਾਗ ਦੇਣ 'ਤੇ ਭਾਗ ਫਲ 23 ਅਤੇ ਬਾਕੀ 7 ਬਚਦਾ ਹੈ, ਕਿਸ ਸੰਖਿਆ ਨੂੰ? ਠੀਕ ਹੈ, ਤਾਂ ਜਿਹੜਾ ਬੇਟਾ ਇਹਦਾ ਸੂਤਰ ਹੁੰਦਾ ਭਾਜ ਬਰਾਬਰੇ, ਆਪਾਂ ਕੀਤਾ ਸੀ ਭਾਜਕ ਗੁਣਾ ਭਾਜ ਫਲ ਜਮ੍ਹਾਂ ਬਾਕੀ। ਠੀਕ ਹੈ ਬੇਟਾ, ਇਹ ਆਪਾਂ ਸੂਤਰ ਜਾਣਦੇ ਹਾਂ, ਪਹਿਲਾਂ ਕਰ ਚੁੱਕੇ ਹਾਂ, ਕਿਸ ਸੰਖਿਆ ਨੂੰ ਹੁਣ ਆਪਾਂ ਆਹ ਭਾਜ ਲੱਭਣੀ ਆ। ਠੀਕ ਹੈ ਜੀ, ਆਪਾਂ ਇਹ ਭਾਜ ਕੀ ਹੁੰਦੀ ਹੈ, ਆਹ ਇਸ ਤਰ੍ਹਾਂ ਜਿਹੜੀ ਵਿੱਚ ਸੰਖਿਆ ਹੁੰਦੀ ਇਹਨੂੰ ਭਾਜ ਕਹਿੰਦੇ ਆ, ਇਹਨੂੰ ਭਾਜਕ ਕਹਿੰਦੇ ਆ, ਇੱਧਰਲੇ ਪਾਸੇ ਭਾਜ ਫਲ ਹੁੰਦਾ ਆ, ਅਤੇ ਹੇਠਾਂ ਜੋ ਹੁੰਦਾ ਇਹ ਬਾਕੀ ਹੁੰਦਾ, ਇਹ ਧਿਆਨ ਰੱਖਣਾ ਪੁੱਤ ਤੁਸੀਂ। ਠੀਕ ਹੈ, ਤਾਂ ਭਾਜ ਬਰਾਬਰੇ ਕਿਸ ਸੰਖਿਆ ਨੂੰ 17 ਨਾਲ ਭਾਗ ਦੇਣ 'ਤੇ ਭਾਜ ਕਿੰਨਾ ਆ ਗਿਆ, 17, ਭਾਜ ਫਲ 23, 17 × 23 ਜਮ੍ਹਾਂ 7। ਠੀਕ ਹੈ, ਤਾਂ ਪਹਿਲਾਂ ਗੁਣਾ ਕਰਾਂਗੇ ਬੋਰਡ ਮਾਸ ਰੂਲ ਦੇ ਅਕੋਰਡਿੰਗਲੀ, 17 3 51, 17 2 34 ਅਤੇ 5 39, 391 ਅਤੇ ਜਮ੍ਹਾਂ 7, ਇਹ ਬਣ ਗਿਆ 398 398 ਉੱਤਰ ਆਊਗਾ ਬੇਟਾ ਇਹਦਾ, ਅਤੇ ਆਪਾਂ ਧਿਆਨ ਨਾਲ ਦੇਖਦੇ ਹਾਂ
ਆ ਚਾਰ ਨੰਬਰ ਆਲਟਰਨੇਟਿਵ ਦੇ ਵਿੱਚ 398 ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਠੀਕ ਹੈ ਬੇਟਾ, ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ, ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5, ਅਤੇ ਬਾਕੀ ਦੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਹਾਂ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।